ਜਿਹੜੀ ਲੜਾਈ ਸ਼ੁਭਕਰਨ ਨੇ ਲੜੀ ਹੈ ਉਹ ਲੜਾਈ ਇੱਕ ਬਹੁਤ ਵੱਡਾ ਸੁਨੇਹਾ ਪੂਰੀ ਦੇਸ਼ ਦੀ ਕਿਸਾਨੀ ਦੇ ਲਈ ਛੱਡ ਕੇ ਗਿਆ ਹੈ। ਉਹ ਛੋਟਾ ਸੁਨੇਹਾ ਨਹੀਂ ਛੱਡ ਕੇ ਗਿਆ। ਜਿਸ ਦਿਨ ਦਿੱਲੀ ਦੇ ਬਾਰਡਰਾਂ ਤੋਂ ਅੰਦੋਲਨ ਨੂੰ ਸਸਪੈਂਡ ਕਰਕੇ ਤੁਰਨ ਲੱਗੇ ਸੀ, ਉਸ ਦਿਨ ਅਦਰ ਸਟੇਟਾਂ ਦੇ ਕੁਝ ਵਿਅਕਤੀਆਂ ਵੱਲੋਂ ਪੰਜਾਬ ਨੂੰ ਇੱਕ ਉਲੰਭਾ ਸੀ ਕਿ ਤੁਸੀਂ ਤਿੰਨ ਕਾਨੂੰਨ ਰੱਦ ਕਰਵਾ ਕੇ ਸਾਡੀ MSP ਦੀ ਗੱਲ ਵਿੱਚ ਛੱਡ ਕੇ ਚੱਲੇ। ਅੱਜ ਪੂਰੇ ਭਾਰਤ ਦੇ ਵਿੱਚ ਬੈਠੇ ਕਿਸਾਨ ਜਮਾਤ ਨੂੰ ਸ਼ੁਭ ਕਰਨ ਦਾ ਇਹ ਸੁਨੇਹਾ ਹੈ ਕਿ ਅਸੀਂ ਤੁਹਾਡਾ ਉਲੰਭਾ ਲਾ ਕੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਮੁੜ ਦੁਬਾਰਾ ਅੰਦੋਲਨ ਉਸੇ ਜਗ੍ਹਾ ਤੇ ਖੜਾ ਕੀਤਾ ਹੈ। ਆਓ ਪੂਰੇ ਦੇਸ਼ ਦੇ ਕਿਸਾਨੋਂ ਇਕਜੁੱਟ ਹੋ ਕੇ ਇਸ ਲੜਾਈ ਨੂੰ ਜਿੱਤੀਏ। ਇਹ ਲੜਾਈ ਜਿੱਤਣੀ ਆ ਔਰ ਆਏ ਦਿਨ ਜਿੱਤ ਵੱਲ ਨੂੰ ਵੱਧ ਰਹੀ ਹੈ। ਇਹ ਸਾਡਾ ਸ਼ੁਭਕਰਮ ਦਾ ਕੁਰਬਾਨੀ ਇੱਕ ਬਹੁਤ ਵੱਡਾ ਸੁਨੇਹਾ ਲੈ ਕੇ ਜਾ ਰਹੀ ਹੈ ਸੰਸਾਰ ਦੇ ਅੰਦਰ। ਨੋਟ ਕਰਿਓ ਦੋ ਚਾਰ ਗੱਲਾਂ ਜਿਹੜੀ ਸਰਕਾਰ ਨੂੰ ਜਦੋਂ ਅਸੀਂ ਕਹਿੰਦੇ ਸੀ ਕਿ WTO ਚੋਂ ਬਾਹਰ ਆਉਣ ਦੀ ਗੱਲ ਕਰੋ ਉਸ ਵੇਲੇ ਕਹਿੰਦੇ ਸੀ ਨਾ ਜੀ ਇਹ ਤਾਂ ਗੱਲ ਕੀਤੀ ਨਹੀਂ ਜਾ ਸਕਦੀ। ਔਰ ਇਸ ਅੰਦੋਲਨ ਨੇ ਹਾਲਾਤ ਪੈਦਾ ਕਰਤੇ ਕਿ ਭਾਰਤ ਸਰਕਾਰ ਨੂੰ ਜਾ ਕੇ WTO ਦੇ ਵਿੱਚ ਕਹਿਣਾ ਪਿਆ ਕਿ ਪੀਸ ਕਲੋਜ਼ ਨੂੰ ਲਗਾਤਾਰ ਰੈਗੂਲਰ ਕੀਤਾ ਜਾਏ। ਇਹ ਠੀਕ ਹੈ, ਸਾਡੀ ਜਮਾਤ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਂਦੀ ਕਿ ਕੀ ਆ ਪੀਸ ਕਲੋਜ਼। ਮਤਲਬ ਕਿ ਤੁਹਾਡੀ MSP ਜਿਹਨੂੰ WTO ਖਤਮ ਕਰਾਉਣਾ ਚਾਹੁੰਦੀ ਹੈ ਉਸ MSP ਨੂੰ ਜਾਰੀ ਰੱਖਣ ਲਈ ਅਲਾਊ ਕਰੋ। ਇਹ ਤੁਹਾਡੇ ਅੰਦੋਲਨ ਦੀ ਤਾਕਤ ਆ ਮੇਰੇ ਮਿੱਤਰੋ। ਉੱਥੇ ਲੈ ਗਏ ਤੁਸੀਂ ਗੱਲ ਜਿਹੜਾ WTO ਕਹਿੰਦਾ ਕਿ 10% ਤੋਂ ਵੱਧ ਤੁਸੀਂ ਇੱਥੋਂ ਦੀ ਫਸਲ ਦਾ ਉਤਪਾਦਨ ਖਰੀਦ ਨਹੀਂ ਸਕਦੇ। ਉੱਥੇ ਕਹਿਣਾ ਪਿਆ ਭਾਰਤ ਸਰਕਾਰ ਨੂੰ ਕਿ ਸਾਨੂੰ ਅਲਾਊ ਕਰੋ, ਇਹ ਸ਼ਰਤਾਂ ਖਤਮ ਕਰੋ ਸਾਡੇ ਤੋਂ। ਇਹ ਤੁਹਾਡੇ ਅੰਦੋਲਨ ਦਾ ਦਬਾਅ ਹੈ, ਛੋਟਾ ਨਹੀਂ ਦਬਾਅ। ਯਾਦ ਕਰਿਓ ਤੁਸੀਂ ਗੰਨੇ ਦੀ ਕਾਸ਼ਤ ਕਰਨ ਵਾਲੇ ਲੋਕ ਹੋ ਜਿਹੜੇ ਕਦੇ ਗੰਨੇ ਦੀ ਕੀਮਤ ਇਹਨਾਂ ਮਹੀਨਿਆਂ 'ਚ ਕਦੇ ਵਧੀ ਹੈ? ਜੇ ਗੰਨੇ ਦੀ ਕੀਮਤ ਦਾ ਐਲਾਨ ਹੁੰਦਾ ਹੈ ਤਾਂ ਜੁਲਾਈ ਦੇ ਵਿੱਚ ਆ ਕੇ ਹੁੰਦਾ, ਜੂਨ ਜੁਲਾਈ 'ਚ। ਆ ਤੁਹਾਡੇ ਅੰਦੋਲਨ ਨੇ ਫਿਕਰ ਪਾਇਆ ਦਿੱਲੀ ਦੇ ਤਖ਼ਤ 'ਤੇ ਬੈਠੇ ਲੋਕਾਂ ਨੂੰ ਔਰ ਐਲਾਨ ਕਰਨਾ ਪਿਆ ਕਿ ਅਸੀਂ 25 ਰੁਪਏ ਗੰਨੇ ਦਾ ਰੇਟ ਵਧਾਉਣੇ ਆ। ਜਿਹੜੇ ਕਹਿੰਦੇ ਨੇ ਕਿ ਅੰਦੋਲਨ ਇਕੱਲਾ ਪੰਜਾਬ ਦਾ ਹੈ, ਆ ਹਰਿਆਣੇ ਦੇ ਵਿੱਚ ਕਰਫਿਊ ਵਰਗਾ ਮਾਹੌਲ ਤੋਂ ਬਣਾਈ ਬੈਠੇ ਹੋ। ਛੱਡੋ ਨਾ ਇੱਕ ਦਿਨ ਖੁੱਲ੍ਹੇ ਹਰਿਆਣੇ ਵਾਲਿਆਂ ਨੂੰ ਪਤਾ ਲੱਗੇ ਕਿ ਇਹ ਅੰਦੋਲਨ ਪਹਿਲਾਂ ਵਾਲੇ ਅੰਦੋਲਨ ਨਾਲੋਂ ਕਿੰਨਾ ਤਾਕਤਵਰ ਹੈ। ਸਾਹਮਣੇ ਆ ਜਾਂਦੀ ਗੱਲ, ਉੱਥੇ ਕਰਫਿਊ ਦਾ ਹਾਲਾਤ ਬਣਾ ਰੱਖਿਆ, ਐਮਰਜੈਂਸੀ ਲਾ ਰੱਖੀ ਹੈ,
ਤੇ ਡਰਦਿਆਂ ਨੇ ਇਹ ਵੀ ਕਹਿਤਾ ਕਿ ਅਸੀਂ ਉਹਨਾਂ ਲੋਕਾਂ ਦਾ ਜਿਹੜੇ ਹਰਿਆਣੇ ਦੇ ਲੋਕ ਨੇ ਇਹਨਾਂ ਦਾ ਅਸੀਂ ਜਿਹੜਾ ਕੋਪਰੇਟਿਵ ਦਾ ਕਰਜ਼ਾ ਉਹਦਾ ਵਿਆਜ ਮਾਫ ਕਰਦੇ ਹਾਂ। ਇਹ ਤੁਹਾਡਾ ਅੰਦੋਲਨ ਕਰਵਾ ਰਿਹਾ ਦੋਸਤੋ। ਅਗਲੀ ਗੱਲ, ਤੁਹਾਡਾ ਅੰਦੋਲਨ ਇਹ ਅੰਦੋਲਨ ਹੁਣ ਨਿਕਲਿਆ ਅੱਜ ਤੱਕ ਸਰਕਾਰਾਂ ਤੋਂ ਕਿਸੇ ਵੀ ਸ਼ਹੀਦ ਨੂੰ ਸ਼ਹੀਦ ਦਾ ਦਰਜਾ ਨਹੀਂ ਦਵਾਇਆ ਗਿਆ ਸਾਡੇ ਤੋਂ, ਔਰ ਤੁਹਾਡੇ ਇਸ ਯੋਧੇ ਨੂੰ ਸ਼ਹੀਦ ਦਾ ਦਰਜਾ ਮਿਲਿਆ ਹੈ। ਇਹ ਛੋਟੀ ਗੱਲ ਨਹੀਂ, ਇਹ ਸਾਡਾ ਸ਼ੁਭ ਕਰਨ ਤਰੂ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ ਜਦ ਤੱਕ ਕਿਸਾਨੀ ਰਹੇਗੀ। ਇਹ ਪ੍ਰਾਪਤੀ ਹੈ ਇਸ ਅੰਦੋਲਨ ਦੀ। ਲੜਾਈ ਮੇਰੇ ਦੋਸਤੋ, ਮੇਰੇ ਤੋਂ ਪਹਿਲਾਂ ਪਧੇਰ ਸਾਹਿਬ ਗੱਲ ਕਰਕੇ ਗਏ, ਅਗਰ ਕਰੂਰਤਾ ਦੀ ਗੱਲ ਕਰੀਏ, ਸਰਕਾਰਾਂ ਦੀ ਨਿਰਦਲਤਾ ਦੀ ਗੱਲ ਕਰੀਏ ਤਾਂ ਦੇਖਿਓ ਕਦੇ ਕਦੇ ਸੰਸਾਰ ਲੈਵਲ ਦੇ ਉੱਤੇ ਲੜਾਈਆਂ ਲੱਗਦੀਆਂ ਦੇਖੀਆਂ ਨੇ ਅਸੀਂ ਸਾਰਿਆਂ ਨੇ। ਅੱਜ ਤਾਂ ਮੀਡੀਆ ਦਾ ਯੁੱਗ ਹੈ, ਹਰ ਗਰਾਊਂਡ ਦੇ ਉੱਤੇ ਹੋ ਰਹੀ ਲੜਾਈ ਤੁਹਾਨੂੰ ਦਿਸ ਰਹੀ ਹੁੰਦੀ ਹੈ, ਪਰ ਕਦੇ ਵੀ ਕਿਸੇ ਸਰਕਾਰ ਨੇ ਮੈਡੀਕਲ ਦੀਆਂ ਸਹੂਲਤਾਂ ਬਰਬਾਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇੱਥੇ ਉਹ ਵੀ ਹੋਇਆ, ਅਸੀਂ ਇਹ ਗੱਲ ਕਹੀ ਸੀ ਬਹੁਤ ਵਾਰੀ ਜਦੋਂ ਪਿੰਡਾਂ 'ਚ ਅੰਦੋਲਨ ਦੀ ਤਿਆਰੀ ਕਰਦੇ ਸੀ ਕਿ ਲੋਕਾਂ ਇਹਦੇ ਵਿੱਚ ਇੱਕ ਮੰਗ ਉਹ ਪਾਈ ਗਈ ਹੈ, ਜਦੋਂ ਉਸ ਮੰਗ ਦੇ ਉੱਤੇ ਸੱਟ ਵੱਜਣੀਆਂ ਜਾ ਕੇ ਉਦੋਂ ਤੋਪਾਂ ਚੱਲਣਗੀਆਂ ਤੁਹਾਡੇ ਤੇ, ਔਰ ਉਹ ਸਿੱਧ ਹੋਇਆ ਮੋਟਾਰ ਵਰਗੇ ਹਮਲੇ ਹੋਏ ਤੁਹਾਡੇ ਤੇ, ਬੰਬ ਸਿੱਟੇ ਗਏ ਸਾਡੇ ਤੇ, ਅਥਰੂ ਗੈਸ ਦੇ ਗੋਲੇ ਨਹੀਂ ਬੰਬ ਸਿੱਟੇ ਗਏ ਸਾਡੇ ਤੇ। ਲੇਕਿਨ ਅਫਰੀਨ ਧੰਨਵਾਦੀ ਹਾਂ ਮੈਂ ਸਾਡੇ ਯੂਥ ਦਾ, ਸਾਡੇ ਨੌਜਵਾਨਾਂ ਦਾ, ਸਾਡੇ ਕਿਸਾਨਾਂ ਦਾ, ਜਿਨ੍ਹਾਂ ਨੇ ਇੱਡਾ ਤਸ਼ੱਦਦ ਝੱਲਿਆ ਪਰ ਸਬਰ ਨਹੀਂ ਗਵਾਇਆ। ਸਬਰ ਦੇ ਨਾਲ ਜਬਰ ਦਾ ਮੁਕਾਬਲਾ ਕੀਤਾ। ਜਿਸ ਦਿਨ 13 ਤਰੀਕ ਨੂੰ ਇਹ ਸਭ ਹੋ ਰਿਹਾ ਸੀ, ਅਸੀਂ ਉਸ ਵੇਲੇ ਫੈਸਲਾ ਕੀਤਾ ਆਗੂਆਂ ਨੇ ਕਿ ਅਸੀਂ ਖੁਦ ਅੱਗੇ ਜਾਵਾਂਗੇ। ਤੁਹਾਡੇ ਆਗੂ ਅੱਗੇ ਹੋ ਕੇ ਗਏ ਨੇ ਮੈਦਾਨ ਦੇ ਵਿੱਚ, ਡਟ ਕੇ ਗਏ ਹੈ। ਸੋ ਇਸ ਕਰਕੇ ਇੱਥੇ ਉਹ ਆਗੂ ਨਹੀਂ ਹੈ ਕਿ ਲੋਕ ਮਰਦੇ ਆ ਤਾਂ ਮਰਨ, ਆਗੂ ਕਿਤੇ ਪਿੱਛੇ ਬੈਠੇ ਰਹਿਣ, ਉਹ ਆਗੂ ਨਹੀਂ ਰਹੇ ਭਰਾਵੋ। ਲੜਾਈ ਲੜ ਰਹੇ ਆ, ਪਰ ਇਹ ਗੱਲ ਪਹਿਲੇ ਦਿਨ ਕਿਹਾ ਸੀ ਜਿੱਥੇ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ, ਜਿੱਥੇ ਪਿੰਡਾਂ 'ਚ ਤੁਹਾਡੇ ਵਿੱਚ ਫਿਰਦੇ ਸੀ ਕਿ WTO ਦੇ ਵਿੱਚੋਂ ਭਾਰਤ ਨੂੰ ਬਾਹਰ ਲਿਆਉਣ ਦੀ ਗੱਲ ਕਰਦੇ ਆ। ਮੇਰੇ ਦੋਸਤੋ, ਤਾਕਤਾਂ ਉਸੇ ਵੇਲੇ ਅਮਰੀਕਾ ਵਰਗੀਆਂ ਤਾਕਤਾਂ ਨੇ ਇੱਥੇ ਆ ਕੇ ਇਹ ਮੋਟਾਰ ਵਗੈਰਾ ਚੱਲਣੇ ਅਤੇ ਚੱਲੇ। ਸੋ ਇਸ ਕਰਕੇ ਸਾਡਾ ਨੌਜਵਾਨ, ਜੇ ਉਸ ਸਮੇਂ ਦੀ ਗੱਲ ਕਰੀਏ, ਇੱਕ ਪਾਸੇ ਸਰਕਾਰ ਸਾਡੇ ਨਾਲ ਗੱਲਬਾਤ ਲਈ ਚਰਚਾ ਕਰ ਰਹੀ ਹੈ, ਸਾਡੇ ਨਾਲ ਵਿਚਾਰ ਚਰਚਾ ਕਰਦੀ ਹੈ ਕਿ ਜੀ ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਹਾਂ, ਸਾਨੂੰ ਟਾਈਮ ਦੇ ਰਹੇ ਨੇ, ਤੇ ਦੂਜੇ ਪਾਸੇ ਬਿਲਕੁਲ ਸ਼ਾਂਤਮਈ ਢੰਗ ਨਾਲ ਬੈਠੇ ਸਾਡੇ ਇਸ ਬਾਰਡਰ ਤੇ, ਖਿਲੋਰੀ ਬਾਰਡਰ ਤੇ ਬੈਠੇ ਨੌਜਵਾਨਾਂ ਤੇ ਏਡੀ ਹੈਵੀ ਅਥਰੂ ਗੈਸਾਂ ਦਾ ਹਮਲਾ ਕੀਤਾ ਗਿਆ
ਕਿ ਉਸ ਭਗਦੜ ਦੇ ਵਿੱਚੋਂ ਫਿਰ ਮਾਹੌਲ ਬਣਾਇਆ ਗਿਆ ਤੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ, ਸਾਡਾ ਨੌਜਵਾਨ ਸ਼ਹੀਦ ਕੀਤਾ ਗਿਆ। ਔਰ ਅਸੀਂ ਕਿਤੇ ਪੰਜਾਬ ਸਰਕਾਰ ਜਿਹੜੀ ਇਹ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਹਾਂ ਤੇ ਪੰਜਾਬ ਦੇ ਹਿਤੈਸ਼ੀ ਹਾਂ, ਅਸੀਂ ਇਹਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਇਸ ਗੱਲ ਦਾ ਪੱਲਾ ਨਾ ਝਾੜ ਕੇ ਬੈਠ ਜਾਓ ਕਿ ਜੀ ਅਸੀਂ FIR ਲਾਂਚ ਕਰਤੀ। ਠੀਕ ਹੈ, ਕੁਝ ਵਕੀਲਾਂ ਦੀ ਸਲਾਹ ਮਸ਼ਵਰੇ ਨਾਲ ਜਿਵੇਂ ਠੀਕ ਲੱਗਿਆ ਤੁਸੀਂ FIR ਲਾਂਚ ਕੀਤੀ ਆ, ਪਰ ਇਹ ਗੱਲ ਨਾ ਭੁੱਲਿਓ ਕਿ ਅਸੀਂ ਆਉਣ ਵਾਲੇ ਦਿਨਾਂ ਚੋਂ ਅਧਿਕਾਰੀ ਵਿੱਚ ਲੈਣੇ ਆ ਗਏ, ਜਿਹੜੇ ਅਧਿਕਾਰੀ ਦੇ ਹੁਕਮਾਂ ਦੇ ਨਾਲ ਸਾਡੇ ਉੱਥੇ ਨੌਜਵਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ, ਉਹ ਲੈਣੇ ਆ ਵਿੱਚ, ਭੁਲੇਖੇ 'ਚ ਨਾ ਰਹਿ ਜੇ ਕੋਈ, ਉਹ ਵਿੱਚ ਲਵਾਂਗੇ, ਤਕੜੇ ਹੋ ਕੇ ਲੜਾਈ ਲੜਾਂਗੇ, ਲੜਾਈ ਜਿੱਤਾਂਗੇ। ਇਹ ਵੀ ਕਲੀਅਰ ਹੈ ਕਿ ਜਦੋਂ ਲੜਾਈ ਮੇਰੇ ਮਿੱਤਰੋ ਇਰਾਦਿਆਂ ਨਾਲ ਲੜੀ ਜਾਂਦੀ ਹੁੰਦੀ ਹੈ, ਲੜਾਈ ਦਾਇਰਿਆਂ 'ਚ ਰੱਖ ਕੇ ਨਹੀਂ ਲੜੀ ਜਾਂਦੀ, ਇਰਾਦੇ ਨਾਲ ਲੜੀ ਜਾਂਦੀ ਹੈ। ਅਸੀਂ ਇਰਾਦਾ ਬਣਾ ਕੇ ਚੱਲੇ ਹਾਂ ਕਿ ਅਸੀਂ ਆਪਦੇ ਸਟੇਟ ਦਾ, ਆਪਦੇ ਦੇਸ਼ ਦਾ ਕਿਸਾਨ, ਇਹਦਾ ਬੱਚਾ, ਇਹਦਾ ਪੁੱਤ ਪੋਤਰੇ, ਇਹ ਜਿਉਂਦੇ ਰੱਖਣੇ ਨੇ, ਇਹਨਾਂ ਨੂੰ ਜਿਉਂਦਿਆਂ ਰੱਖਣ ਦੇ ਲਈ ਸਾਨੂੰ ਆਖਰੀ ਸਾਹ ਤੱਕ ਲੜਨਾ ਪਏਗਾ। ਲੜਾਂਗੇ ਮਿੱਤਰੋ ਅਖੀਰਲੇ ਸਾਹ, ਅਖੀਰਲੇ ਸਾਹ ਤੱਕ ਲੜਾਂਗੇ। ਮੇਰਾ ਖਿਆਲ ਹੈ ਤੁਹਾਡੇ ਤੋਂ ਬਹੁਤ ਸਾਰਿਆਂ ਨੂੰ ਪਤਾ ਹੋਣਾ ਹੈ, ਬਾਰ ਬਾਰ ਇਹ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ। ਐਡੀਆਂ ਭਿਆਨਕ ਬਿਮਾਰੀਆਂ ਨਾਲ ਲੜਦੇ ਹੋਣ ਦੇ ਬਾਵਜੂਦ ਮੈਦਾਨ 'ਚ, ਔਰ ਉਦੋਂ ਤੱਕ ਮੈਦਾਨ 'ਚ ਰਹਾਂਗੇ ਜਦੋਂ ਮੇਰੇ ਦੇਸ਼ ਦਾ ਕਿਸਾਨ ਖੁਸ਼ਹਾਲ ਨਹੀਂ ਹੋ ਜਾਂਦਾ। ਆਖਰੀ ਦਮ ਤੱਕ ਲੜਾਂਗੇ। ਸੋ ਜਿਹੜੀ ਗੱਲ ਬਹੁਤ ਸਾਰੇ ਲੋਕਾਂ ਵੱਲੋਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ, ਬਸ ਫੂਲ ਸਾਹਿਬ ਹੋਰਾਂ ਨੇ, ਭਲੇਰ ਸਾਹਿਬ ਨੇ ਗੱਲਾਂ ਸਪਸ਼ਟ ਕਰਤੀਆਂ, ਨੈਰੇਟਿਵ ਸਿਰਜਣ ਵਾਲੇ ਤਾਂ ਭਰਾਵੋ ਸਿਰਜਣੇ ਹੁੰਦੇ ਨੇ, ਬਹੁਤ ਸਾਰੇ ਵਿਚਾਰਧਾਰਾ ਦੇ, ਬਹੁਤ ਸਾਰੀਆਂ ਵਿਚਾਰਧਾਰਾਵਾਂ ਦੇ ਬੁੱਧੀਜੀਵੀ ਬਣੇ ਬੈਠੇ ਹੁੰਦੇ ਨੇ, ਉਹ ਤਰ੍ਹਾਂ ਤਰ੍ਹਾਂ ਦੇ ਲੈਕਚਰ, ਤਰ੍ਹਾਂ ਤਰ੍ਹਾਂ ਦੇ ਲੇਖ ਲਿਖਣਗੇ। ਪਰ ਇੱਕ ਗੱਲ ਯਾਦ ਰੱਖਿਓ, ਲੜਾਈ ਆਪਣੀ ਆ, ਲੜਾਈ ਕਿਸਾਨ ਦੀ ਹੈ, ਲੜਾਈ ਕਮੇਰਾ ਜਮਾਤ ਦੀ ਹੈ, ਲੜਾਈ ਕਿੱਤੇ ਕਰਨ ਵਾਲੇ ਲੋਕਾਂ ਦੀ ਹੈ, ਔਰ ਉਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਇਹ ਅਖੀਰ ਤੱਕ ਲੜਾਈ ਨੂੰ ਜਾਰੀ ਰੱਖਣਾ ਪੈਣਾ। ਇਹ ਭੁੱਲ ਜਾ ਮੋਦੀ ਸਾਹਿਬ ਕਿ ਜੀ ਥੋੜੇ ਜਿਹੇ ਦਿਨਾਂ ਨੂੰ ਤਾਂ ਚੋਣ ਜ਼ਾਬਤਾ ਲਾਗੂ ਹੋ ਜਾਏਗਾ, ਹੋ ਜਾਂਦੇ ਹੋ ਚੋਣ ਜ਼ਾਬਤੇ ਲਾਗੂ, ਕੋਈ ਗੱਲ ਨਹੀਂ। ਮੈਂ ਕਹਿੰਦਾ ਚੋਣ ਜ਼ਾਬਤਾ 2024 ਵੀ ਲਾਗੂ ਹੋ ਸਕਦਾ ਹੈ। ਉਹ ਚੋਣ ਜ਼ਾਬਤਾ ਮਿੱਤਰੋ ਅੱਗੇ ਜਾ ਕੇ 30 ਚ ਵੀ, 29 ਚ ਵੀ ਲਾਗੂ ਹੋ ਸਕਦਾ ਹੈ, ਚੋਣ ਜ਼ਾਬਤੇ ਉਹ ਤੋਂ ਅੱਗੇ ਵੀ ਲਾਗੂ ਹੋ ਸਕਦੇ ਨੇ, ਪਰ ਸਿੰਨੀ ਦੇਰ ਤੱਕ ਇਹ ਲੜਾਈ ਓਨੀ ਦੇਰ ਤੱਕ ਨਹੀਂ ਮੁੱਕਣੀ ਜਿੰਨੀ ਦੇਰ ਤੱਕ ਸਾਡੀ ਕਿਸਾਨ ਜਮਾਤ ਨੂੰ ਸੁੱਖ ਦਾ ਸਾਹ ਨਹੀਂ ਮਿਲਦਾ। ਸਾਡੇ ਆਏ ਦਿਨ ਕੁਰਬਾਨੀਆਂ ਦੇਣ ਵਾਲੇ ਜਿਹੜੇ ਨੌਜਵਾਨ ਨੇ, ਇਹਨਾਂ ਦੀ ਕੁਰਬਾਨੀ ਮੰਗ ਕਰਦੀ ਆ ਭਰਾਵੋ ਕਿ ਉੱਠ ਕੇ ਉਹ ਲੜਾਈ ਖੜੀ ਕਰੀਏ
ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਮਰਾਜੀ ਤਾਕਤਾਂ ਤੇ ਉਹਨਾਂ ਦੇ ਪਿੱਠੂ, ਉਹਨਾਂ ਦੇ ਚਮਚੇ, ਉਹਨਾਂ ਸਾਰਿਆਂ ਨੂੰ ਫਿਕਰ ਪਾ ਦਈਏ। ਆ ਜਿਹੜੇ ਕੁਝ ਲੋਕ ਅੱਜ ਇਸ ਅੰਦੋਲਨ ਨੂੰ, ਇਸ ਮੋਰਚੇ ਨੂੰ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਪਹਿਚਾਨਣ ਦੀ ਲੋੜ ਹੈ ਉਹ ਕੌਣ ਨੇ। ਇਹ ਆਪਣੇ ਆਪ ਹਿਸਾਬ ਲਾ ਲਓ ਕਿ ਉਹ ਲੋਕ ਕਿਹਦੇ ਪੱਖ 'ਚ ਭੁਗਤਦੇ ਨੇ। ਇਹ ਅੰਦੋਲਨ ਸਾਡੀ ਦਿੱਲੀ ਦੀ ਤਾਕਤ ਦੇ ਨਾਲ ਟੱਕਰ ਲੈ ਰਿਹਾ ਹੈ, ਔਰ ਦੂਸਰੇ ਪਾਸੇ ਇਸ ਅੰਦੋਲਨ ਨੂੰ ਬਦਨਾਮ ਤੇ ਛੋਟਾ ਕਰਕੇ ਪੇਸ਼ ਕਰਨ ਵਾਲੇ ਲੋਕ ਉਸ ਦਿੱਲੀ ਦੇ ਪੱਖ 'ਚ ਭੁਗਤਣ ਦੀ ਗੱਲ ਕਰਦੇ ਨੇ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਹਰ ਕਿਸਾਨ ਦਾ, ਹਰ ਮਜ਼ਦੂਰ ਦਾ, ਹਰ ਦੁਕਾਨਦਾਰ ਦਾ, ਕਿਉਂਕਿ ਇਹ ਲੜਾਈ ਮੇਰੇ ਮਿੱਤਰੋ ਇਕੱਲੇ ਕਿਸਾਨ ਦੀ ਨਹੀਂ ਹੈ। ਅਗਰ ਜਦੋਂ ਡਬਲ ਯੂਟੀਓ ਦੀਆਂ ਗੱਲਾਂ ਆਉਂਦੀਆਂ ਨੇ, ਭਾਰਤ ਨੂੰ ਡਬਲ ਯੂਟੀਓ ਤੋਂ ਬਾਹਰ ਲੈ ਕੇ ਆਉਂਦੀਆਂ ਗੱਲਾਂ ਆਉਂਦੀਆਂ ਨੇ, ਉਦੋਂ ਫਿਰ ਸਾਡੇ ਪਬਲਿਕ ਸੈਕਟਰ ਦੇ ਹੋਰ ਅਦਾਰਿਆਂ ਦੀਆਂ ਗੱਲਾਂ ਵੀ ਆਉਂਦੀਆਂ ਨੇ, ਉਦੋਂ ਫਿਰ ਸਾਡਾ ਟੈਕਸਟਾਈਲ ਦੀਆਂ ਗੱਲਾਂ ਵੀ ਆਉਂਦੀਆਂ ਨੇ, ਉਦੋਂ ਸਾਡੀਆਂ ਐਜੂਕੇਸ਼ਨ ਸੰਸਥਾਵਾਂ ਦੀਆਂ ਗੱਲਾਂ ਵੀ ਆਉਂਦੀਆਂ ਨੇ। ਉਸ ਵੇਲੇ ਉਹਨਾਂ ਸਾਰੇ ਹੀ ਅਦਾਰਿਆਂ ਨੂੰ ਇੱਕਜੁੱਟ ਹੋ ਕੇ ਇਸ ਮੈਦਾਨ ਦੇ ਵਿੱਚ ਖੜਨ ਦੀ ਜ਼ਰੂਰਤ ਹੈ, ਔਰ ਮੇਰਾ ਹੁੱਕ ਹੈ ਹਰ ਉਸ ਵਿਅਕਤੀ ਨੂੰ, ਹਰ ਉਸ ਸੰਸਥਾ ਨੂੰ ਜਿਹੜੀ ਇਹ ਚਾਹੁੰਦੀ ਹੈ ਕਿ ਦੇਸ਼ ਦੇ ਕਿਸਾਨ ਦੀ ਕਰਜ਼ ਮੁਕਤੀ ਹੋਣੀ ਚਾਹੀਦੀ ਹੈ, ਕਿਉਂਕਿ ਭਰਾਵੋ 7 ਲੱਖ ਦੇ ਕਰੀਬ ਸਾਡਾ ਕਿਸਾਨ ਖੁਦਕੁਸ਼ੀ ਕਰ ਚੁੱਕਿਆ। ਕਿਉਂ ਨਾ ਹੋਵੇ ਕਿ ਆਰ ਪਾਰ ਦੀ ਲੜਾਈ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਦੀ ਖਾਤਰ ਲੜੀ ਜਾਏ। ਜਿਹੜਾ ਵੀ ਕੋਈ ਚਾਹੁੰਦਾ ਹੈ ਕਿ ਮੇਰੇ ਦੇਸ਼ ਦਾ ਕਿਸਾਨ ਅੱਗੇ ਖੁਦਕੁਸ਼ੀ ਨਾ ਕਰੇ, ਉਹਨੂੰ ਘੱਟੋ ਘੱਟ ਡਾਕਟਰ ਸਵਾਮੀਨਾਥਨ ਦੇ ਫਾਰਮੂਲੇ C2 ਨਾਲ, C2+50 ਨਾਲ ਫਸਲ ਦਾ ਪਹਾ ਮਿਲੇ, ਤੇ ਜਿਹੜਾ ਚਾਹੁੰਦਾ ਹੈ ਕਿ MSP ਦੀ ਗਰੰਟੀ ਦਾ ਕਾਨੂੰਨ ਮਿਲ ਜਾਏ। ਉਹਨਾਂ ਸਭ ਨੂੰ ਅੱਜ ਇਸ ਮੈਦਾਨ ਦੇ ਵਿੱਚ ਖੜਨਾ ਪੈਣਾ ਹੈ, ਖੜਨ ਦੀ ਲੋੜ ਹੈ। ਵੱਖ ਵੱਖ ਤਰੀਕੇ ਬਹੁਤ ਨੇ, ਅਦਰ ਸਟੇਟਾਂ ਦੇ ਵਿੱਚ ਬੈਠੇ ਜਿਹੜੇ ਸਾਡੇ, ਠੀਕ ਹੈ, ਜਿੱਥੋਂ ਬੈਠਾ ਕੋਈ ਲੜਾਈ ਲੜ ਸਕਦਾ ਹੈ, ਇਸ ਲੜਾਈ ਦੀ, ਇਸ ਅੰਦੋਲਨ ਦੀ ਹਮਾਇਤ ਦੇ ਵਿੱਚ ਆਉਣ ਦੀ ਅੱਜ ਜ਼ਰੂਰਤ ਹੈ। ਇਹ ਕੋਈ ਛੋਟਾ ਅੰਦੋਲਨ ਨਹੀਂ। ਸੋ ਇਸ ਕਰਕੇ ਮੈਂ ਲਾਸਟ ਦੇ ਵਿੱਚ ਮੇਰੇ ਮਿੱਤਰੋ ਧੰਨ ਕਹੂੰਗਾ ਉਹਨਾਂ ਮਾਪਿਆਂ ਨੂੰ। ਧੰਨ ਨੇ ਉਹ ਮਾਪੇ ਜਿਨ੍ਹਾਂ ਨੇ ਸ਼ੁਭ ਕਰਮ ਨੂੰ ਜਨਮ ਦਿੱਤਾ। ਮਹਾਰਾਜ ਨੇ ਬਾਣੀ 'ਚ ਕੁਛ ਗੱਲਾਂ ਕਹੀਆਂ, ਉਹ ਕਹਿੰਦੇ ਜਨਨੀ ਜਣੇ ਤਾਂ ਭਰਤ ਜਾ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਦ ਰਹੇ ਕਹਿ ਗੁਰਬਾਬੇ। ਧੰਨ ਆ ਉਹ ਮਾਂ ਦੀ ਕੁੱਖ, ਧੰਨ ਆ ਉਹ ਮਾਪੇ ਜਿਨ੍ਹਾਂ ਨੇ ਲਾਲ ਆ ਕੌਮ ਦੇ ਲੇਖੇ ਲਾਇਆ, ਔਰ ਧੰਨ ਸੀ ਉਹ ਨੌਜਵਾਨ ਜਿਹਨੇ ਅੱਜ ਆਪਦੇ ਮਾਪਿਆਂ ਦਾ ਸਿਰ ਤੇ ਮਾਪਿਆਂ ਦਾ ਨਾਂ ਉੱਚਾ ਕੀਤਾ। ਸੰਸਾਰ ਦੇ ਵਿੱਚ ਜਿੰਨੀ ਦੇਰ ਤੱਕ ਕਿਸਾਨਾਂ ਦੀ ਗੱਲ ਹੁੰਦੀ ਰਹੇਗੀ, ਓਨੀ ਦੇਰ ਤੱਕ ਸ਼ੁਭ ਕਰਨ ਦਾ ਨਾਂ
ਸ਼ਹੀਦਾਂ ਦੇ ਵਿੱਚ ਪਹਿਲੀ ਕਤਾਰ ਦੇ ਵਿੱਚ ਆਉਂਦਾ ਰਹੇਗਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਲਾਸਟ ਦੇ ਉੱਤੇ ਅਸੀਂ ਮੇਰੇ ਪਾਤਸ਼ਾਹ ਹਾਜ਼ਰ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨੇ। ਇਹਨਾਂ ਨੇ ਕੱਲ੍ਹ ਬਹੁਤ ਵੱਡੀ ਕਹੀ ਹੈ, ਮੈਂ ਨਾਹੀਂ ਕੁਛ ਹੋ ਨਾਹੀਂ ਕੁਛ ਆਹੇ ਨਾ ਮੋਰਾ ਅਵਸਰ ਲੱਜਾ ਰੱਖਣੀ ਸਦਨਾ ਜਨ ਕਰ। ਪਾਤਸ਼ਾਹ ਇਹ ਮੋਰਚਾ ਤੇਰਾ, ਜਿੱਦੇ ਸ਼ੁਰੂ ਕੀਤਾ ਸੀ ਉਸ ਦਿਨ ਤੇਰੀ ਓਟ ਆਸਰਾ ਤੱਕ ਕੇ ਕੀਤਾ ਸੀ, ਤੇਰੇ ਤੋਂ ਬਿਨਾਂ ਕਿਸੇ ਦੇ ਪੈਰੀ ਨਾ ਲੱਗਣ ਦੇ ਮੇਰਾ ਮਾਲਕਾ। ਇਹ ਮੋਰਚਾ ਲੋਕਾਂ ਦਾ, ਇਹ ਮੋਰਚਾ ਲੋਕਾਂ ਦਾ, ਇਹ ਮੋਰਚਾ ਕੌਮ ਦਾ, ਇਹ ਮੋਰਚਾ ਕਿਸਾਨ ਤੇ ਮਜ਼ਦੂਰ ਦਾ, ਇਹ ਮੋਰਚਾ ਤੇਰੇ ਲੋਕਾਂ ਦਾ ਦਾਤਾ। ਇਸ ਮੋਰਚੇ ਦੀ ਫਤਿਹ ਤੇਰੇ ਹੱਥ 'ਚ ਹੈ, ਅਸੀਂ ਕੁਛ ਨਹੀਂ ਗਏ। ਅਸੀਂ ਤੇ ਨਾ ਪਹਿਲਾਂ ਕਦੇ ਲੀਡਰ ਹਾਂ ਨਾ ਹੁਣ ਲੀਡਰ ਹੈ। ਜਿਵੇਂ ਧਨੇਰ ਸਾਹਿਬ ਨੇ ਗੱਲ ਕੀਤੀ ਹੈ, ਮੋਰਚਾ 200 ਜਥੇਬੰਦੀ ਚਲਾ ਰਹੀ ਹੈ, 200 ਜਥੇਬੰਦੀ ਚਲਾ ਰਹੀ ਹੈ। ਆ ਲੱਗ ਜਾਏਗਾ ਪਤਾ, ਆ ਜਿਹੜਾ ਟ੍ਰੇਨਾਂ ਵਾਲਾ ਮਾਮਲੇ ਦੀ ਜਿਹੜੀ ਆਵਾਜ਼ ਆਈ ਹੈ, ਪਤਾ ਲੱਗ ਜਾਏਗਾ ਕਿ ਮੋਰਚਾ ਇਕੱਲੇ ਪੰਜਾਬ ਦਾ ਜਾਂ ਹਰਿਆਣੇ ਦਾ ਜਾਂ ਮੋਰਚਾ ਪੂਰੇ ਦੇਸ਼ ਦਾ। ਸੋ ਮੈਂ ਅੰਤ ਦੇ ਵਿੱਚ ਲਾਸਟ ਤੇ ਸਾਡੇ ਬਹੁਤ ਹੀ ਪਿਆਰੇ ਬੱਚੇ, ਬਹੁਤ ਹੀ ਹੋਣਹਾਰ ਯੋਧੇ, ਇਸ ਨੌਜਵਾਨ ਸ਼ਹੀਦ, ਛੋਟੀ ਉਮਰ ਹੋਏ ਸ਼ਹੀਦ ਸ਼ੁਭਕਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ, ਉਸ ਮੇਰੇ ਪ੍ਰਭੂ ਦੇ ਚਰਨਾਂ 'ਚ ਤੁਸੀਂ ਸਭ ਨੇ ਵੈਸੇ ਅਰਦਾਸ ਕੀਤੀ ਹੈ। ਮੈਨੂੰ ਪੂਰਨ ਵਿਸ਼ਵਾਸ ਹੈ ਆਪਦੇ ਗੁਰੂ 'ਤੇ ਕਿ ਉਹਨਾਂ ਨੇ ਉਸ ਸਾਡੇ ਲਾਲ ਨੂੰ ਯੋਗ ਸਥਾਨ ਬਖਸ਼ਣਾ ਹੈ। ਔਰ ਅਸੀਂ ਫਿਰ ਦੁਬਾਰਾ ਮੇਰੇ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਸੱਚੇ ਪਾਤਸ਼ਾਹ ਉਸ ਨੌਜਵਾਨ ਨੂੰ ਆਪਣੇ ਚਰਨਾਂ 'ਚ ਜਿਸ ਪਦਵੀ ਨੂੰ ਉਹ ਹਾਸਲ ਕਰਕੇ ਗਿਆ ਉਸ ਥਾਂ ਦੇ ਉੱਤੇ ਉਹਨੂੰ ਬਿਰਾਜਮਾਨ ਕਰਿਓ। ਔਰ ਮਾਂ ਨੂੰ, ਮਾਪਿਆਂ ਨੂੰ, ਭੈਣਾਂ ਨੂੰ, ਪਰਿਵਾਰ ਨੂੰ ਤਕੜਿਆਂ ਹੋ ਕੇ ਇਸ ਸਾਰੀ ਸੱਟ ਨੂੰ ਝੱਲਣ ਦਾ, ਇਹਨੂੰ ਤਾਕਤ ਦੇਣ ਦਾ, ਤੁਹਾਡਾ ਜੁਗਨਾ ਪਾਤਸ਼ਾਹ ਤੁਸੀਂ ਤਾਕਤ ਦੇ ਕੇ ਪਰਿਵਾਰ ਨੂੰ ਇਸ ਭਾਣੇ ਦੇ ਵਿੱਚੋਂ ਬਾਹਰ ਕੱਢ ਲਿਓ।